ਹਾਂਜੀ ਕਿਸਾਨ ਭਰਾਵੋ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਅੱਜ ਦੀ ਵੀਡੀਓ ਖਾਸ ਉਹਨਾਂ ਕਿਸਾਨਾਂ ਲਈ ਹੈ ਜਿਹੜੇ ਵੇਸਲੇ ਬੈਠੇ ਨੇ ਵੀ ਅਸੀਂ ਤਾਂ ਇੱਕ ਅੱਧੀ ਸਪਰੇਅ ਨਾਲ ਹੀ ਝੋਨਾ ਪਕਾ ਲਾਂਗੇ ਜੀ ਪਰ ਮੌਸਮ ਹੈ ਜਿਹੜਾ ਖਾਸ ਕਰਕੇ ਸਾਡੇ ਮਾਲਵੇਰੀਏ ਦੇ ਵਿੱਚ ਬਰਸਾਤਾਂ ਘੱਟ ਹੋਈਆਂ ਨੇ ਤਾਂ ਸੁੰਡੀ ਦਾ ਅਟੈਕ ਹੈ ਜਿਹੜਾ ਉਹਦੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਖਾਸ ਕਰਕੇ ਗੋਭ ਦੀ ਸੁੰਡੀ ਬਾਅਦ ਦੇ ਵਿੱਚ ਐਵੇਂ ਦੀ ਮੁੰਜਰ ਨਿਕਲ ਆਉਂਦੀ ਹੈ ਇਹ ਗੋਭ ਦੀ ਸੁੰਡੀ ਦਾ ਕਾਰਨ ਤਾਂ ਇਹਦੇ ਲਈ ਸਮਾਂ ਰਹਿੰਦੇ ਆ ਤੁਸੀਂ ਆ ਹੁਣ ਸਹੀ ਟਾਈਮ ਆ ਪੁੰਨਿਆਂ ਜਿਵੇਂ ਅੱਜ ਆ ਤਾਂ ਹੁਣ ਆ ਤੁਸੀਂ ਸਪਰੇਅ ਹੈ ਜਿਹੜੀ ਉਹ ਕਰ ਸਕਦੇ ਹੋ ਇੰਡੋਕਸਾ ਕਾਰਬ ਤੁਸੀਂ ਇਹ ਲੈ ਸਕਦੇ ਹੋ ਇਨਸੈਕਟੀਸਾਈਡ ਕਿਸੇ ਵੀ ਕੰਪਨੀ ਦਾ ਲੈ ਲਿਓ ਐਸ ਸੀ ਹੈ 14.5% ਇੰਡੋਕਸਾ ਕਾਰਬ ਦੇ ਵਿੱਚ ਆਪਣੇ ਕੋਲੇ ਟੈਕਨੀਕਲ ਆ ਕਿਸੇ ਵੀ ਕੰਪਨੀ ਦਾ ਤੁਸੀਂ ਲੈ ਸਕਦੇ ਹੋ ਇੰਡੋਕਸਾ ਕਹਿ ਕੇ ਉਹਨੂੰ ਤੇ ਨਾਲ ਇੱਕ ਫੰਗੀਸਾਈਡ ਦੀ ਸਪਰੇਅ ਜ਼ਰੂਰ ਕਰ ਲਿਓ ਤਾਂ ਜੋ ਫੰਗਸ ਦਾ ਅਟੈਕ ਆ ਜਿਹੜਾ ਉਹ ਨਾ ਹੋਵੇ ਲੀਫ ਬਲਾਸਟ ਨਾ ਹੋਵੇ ਤਾਂ ਮੈਂ ਐਮੀਸਲਾ ਟਾਪ ਲਈ ਆ ਇਹਦੇ ਉੱਤੇ ਕੋਈ ਵੀ ਨਹੀਂ ਹੈਗੀ ਹਨਾ ਜਿੰਨੀਆਂ ਵੀ ਕੰਪਨੀਆਂ ਨੇ ਐਮੀਸਟਾਰ ਤੋਂ ਉੱਤੇ ਕੋਈ ਨਹੀਂ ਹੈਗੀ ਹਨਾ ਇਹਦੇ ਵਿੱਚ ਦੋ ਤਰ੍ਹਾਂ ਦੇ ਟੈਕਨੀਕਲ ਨੇ ਇੱਕ ਐਜੋਕਸੀ ਸਟ੍ਰੋਬਿੰਗ ਆ ਜਿਹੜਾ ਮਹਿੰਗਾ ਹੁੰਦਾ ਸਟ੍ਰੋਬਿੰਗ ਗਰੁੱਪ ਹਮੇਸ਼ਾ ਹੀ ਮਹਿੰਗਾ ਹੁੰਦਾ ਕਿਸੇ ਵੀ ਟੈਕਨੀਕਲ ਜੇ ਸਟ੍ਰੋਬਿੰਗ ਗਰੁੱਪ ਦੀ ਆ ਤਾਂ ਉਹ ਤੁਹਾਨੂੰ ਮਹਿੰਗੀ ਹੀ ਮਿਲੂਗੀ ਨਾਲ ਇਹਦੇ ਵਿੱਚ ਡਾਈਫੈਨੋਕੋਨਾਜ਼ੋਲ ਹੈ 11.4% ਦੋਨੇ ਐਸ.ਸੀ ਨੇ ਤੇ ਦੋਨੇ ਹੀ ਸਿਸਟਮੈਟਿਕ ਨੇ ਲੰਮਾ ਟਾਈਮ ਅਸਰ ਰੱਖਣੀਆਂ ਤਾਂ ਇਹ ਦਵਾਈ ਕਰਨੀ ਬਹੁਤ ਜ਼ਰੂਰੀ ਹੈ ਜੇ ਤੁਹਾਡਾ ਝੋਨਾ ਗੋਭ ਤੇ ਆ ਗਿਆ ਜਾਂ ਕੋਈ ਕੋਈ ਬੱਲੀ ਆ ਕੋਈ ਕੋਈ ਦਾਣਾ ਜਿਹੜਾ ਉਹ ਨਸਰਨ ਦੀ ਤਦਾਰ ਦੇ ਉੱਤੇ ਆ ਜਾਂ ਗੋਭ ਚ ਨਹੀਂ ਵੀ ਆਇਆ ਪੈਪਾਂ ਬੜੀਆਂ ਨੇ ਤਾਂ ਇਹ ਸਪਰੇਅ ਹੈ ਜਿਹੜੀ ਇਹ ਤੁਸੀਂ ਜ਼ਰੂਰ ਕਰਾ ਦਿਓ ਇੱਕ ਪੈਂਦੀ ਕਾਸਟਲੀ ਹੈ ਇਹ ਮਹਿੰਗੀ ਪੈਂਦੀ ਹੈ 1900 ਦੇ ਲਗਭਗ ਕਿल्ले ਦੀ ਪੈ ਜਾਊਗੀ ਕਿਉਂਕਿ ਦੋਨੇ ਟੈਕਨੀਕਲ ਮਹਿੰਗੇ ਨੇ ਤੇ ਦੋਨੇ ਹੀ ਸਪਰੇਹਾਂ ਨੇ ਜਿਹੜੀਆਂ ਉਹ ਬਹੁਤ ਵਦਿਆ ਨੇ ਫੰਗੀ ਸਾਈਡ ਤੇ ਇਨਸੈਕਟਿਡ ਸਾਈਡ ਦੋਨੇ ਜੇ ਕਰਵਾ ਦੋਗੇ ਖਾਸ ਕਰਕੇ 1692 ਵਾਲੇ ਕਿਸਾਨ ਜਰੂਰ ਧਿਆਨ ਰੱਖਣ ਬਾਸਮਤੀ ਵਾਲੇ ਜਰੂਰ ਧਿਆਨ ਰੱਖਣ ਉਥੇ ਸੁੰਡੀ ਦਾ ਹਮਲਾ ਬਹੁਤ ਜ਼ਿਆਦਾ ਹੁੰਦਾ ਝੋਨੇ ਦੇ ਵਿੱਚ ਘੱਟ ਹੁੰਦਾ ਹਾਲਾਂਕਿ ਪਰ ਬਾਸਮਤੀ ਕਿਸਮ ਦੇ ਵਿੱਚ ਕੋਈ ਵੀ ਬਾਸਮਤੀ ਆ 1847 1692 ਪੀਵੀ 7 11 21 17 18 ਜਿੰਨੀਆਂ ਵੀ ਨੇ ਸਾਰਿਆਂ ਦੇ ਵਿੱਚ ਇਹਦਾ ਹਮਲਾ ਹੋਣਾ ਹੀ ਹੋਣਾ ਤੇ ਬਾਅਦ ਦੇ ਵਿੱਚ ਜਦੋਂ ਮੁੰਜਰ ਨਿਕਲ ਆਉਂਦੀ ਆ ਉਹਦੇ ਪੱਲੇ ਕੁਝ ਨਹੀਂ ਨਿਕਲਦਾ ਜੇ ਤੁਹਾਡੇ ਕੋਲੇ 10% ਵੀ ਇਹ ਚਟੀਆਂ ਮੁੰਜਰਾਂ ਨਿਕਲ ਗਈਆਂ ਤਾਂ ਤੁਹਾਡਾ ਕਿੰਨਾ ਜ਼ਿਆਦਾ ਨੁਕਸਾਨ ਹੋ ਸਕਦਾ ਤੁਸੀਂ ਸੋਚ ਵੀ ਨਹੀਂ ਸਕਦੇ ਹਨਾ ਤਾਂ ਉਸ ਤੋਂ ਬਿਹਤਰ ਆ ਕਿ ਇਹ ਵਾਲੀ ਦਵਾਈ ਆ ਜਿਹੜੀ ਇਹ ਕਰ ਦੋ ਮੈਂ ਨਹੀਂ ਕਹਿੰਦਾ ਵੀ ਹਾਂ ਮਗਰ ਲੱਗੋ ਪਰ ਜਿਹੜੀ ਮੈਂ ਦਵਾਈ ਕਰਦਾ ਮੈਂ ਉਹ ਤੁਹਾਡੇ ਨਾਲ ਵੀਡੀਓ ਐਕਸਪੀਰੀਅੰਸ ਆ ਜਿਹੜਾ ਸ਼ੇਅਰ ਕਰ ਦਿੰਨਾ ਵੀ ਹਾਂ ਭਾਈ ਮੈਂ ਆ ਦਵਾਈ ਕਰਤੀ ਤੁਸੀਂ ਜੇ ਕਰਨੀ ਆ ਜੇ ਵਧੀਆ ਲੱਗਦੀ ਆ ਚੰਗੀ ਲੱਗਦੀ ਆ ਤਾਂ ਕਰ ਲਿਆ ਕਰੋ ਨਹੀਂ ਆਪਦਾ ਇਗਨੋਰ ਕਰ ਦਿਆ ਕਰੋ ਇਹਦੀ ਥਾਂ ਤੇ ਤੁਸੀਂ ਹੋਰ ਫੇਮ ਵਗੈਰਾ ਵੀ ਪਾ ਸਕਦੇ ਹੋ ਟਕੂਮੀ ਵੀ ਪਾ ਸਕਦੇ ਹੋ ਕੋਈ ਵੀ ਪਾ ਸਕਦੇ ਹੋ ਪਰ ਮੈਂ ਸ਼ੁਰੂ ਤੋਂ ਹੀ ਡਾਕਸਾ ਜਿਹੜੀ ਕਰਦਾ ਆ ਆ ਜਿਹੜੇ ਟਕੂਮੀ ਆ ਫੇਮ ਆ ਉਹ ਅੱਗੇ ਜਾ ਕੇ ਕਰੂੰਗਾ ਇੱਕ ਤਾਂ ਉਹ ਏਦੂ ਥੋੜੀ ਜੀ ਕੋਸਟਲੀ ਆ ਹਨਾ ਪਰ ਅੱਗੇ ਜਾ ਕੇ ਜਦੋਂ ਤੁਸੀਂ ਹੋਪਰ ਦਾ ਵੀ ਟੈਗ ਹੋ ਜੂ ਤੁਹਾਡੇ ਕੋਲੇ ਨਾਲ ਵੀ ਜਿਹਨੂੰ ਆਪਾਂ ਕਹਿ ਦਿੰਦੇ ਆ ਅਟੈਕ ਹੋਣਾ ਹੋਪਰ ਦਾ ਤਾਂ ਤੇਲਾ ਪਊਗਾ ਉਦੋਂ ਤੁਸੀਂ ਉਹ ਦਵਾਈਆਂ ਜਿਹੜੀਆਂ ਕਰੋਗੇ ਤਾਂ ਤੁਹਾਨੂੰ ਮੱਚ ਬੈਟਰ ਰਿਜ਼ਲਟ ਮਿਲੂਗਾ ਹੁਣ ਜੇ ਤੁਸੀਂ ਇਹ ਦਵਾਈ ਕਰ ਦੋਗੇ ਤਾਂ ਸੋਨੇ ਤੇ ਸੁਹਾਗੇ ਵਾਲਾ ਕੰਮ ਹੈ ਜਿਵੇਂ ਕਹਿ ਦਿੰਦੇ ਨੇ ਸਾਰੇ ਵੀ ਸੋਨੇ ਤੇ ਸੁਹਾਗਾ ਹੋ ਗਿਆ ਉਹ ਕੰਮ ਹੈ ਜੇ ਨਾ ਕਰੋਗੇ ਤਾਂ ਤੁਹਾਨੂੰ ਰਿਜ਼ਲਟ ਹੈ ਜਿਹੜਾ ਉਹ ਦੇਖਣਾ ਮਿਲ ਸਕਦਾ ਗੋਪਦੀ ਸੁੰਡੀ ਦਾ ਪਤਾ ਨਹੀਂ ਲੱਗਦਾ ਹੁੰਦਾ ਗੋਪਦੀ ਸੁੰਡੀ ਸਿੱਧੀ ਜਿਹੜੀ ਬੱਲੀ ਤੇ ਅਟੈਕ ਹੋ ਗਿਆ ਕਉਦੇ ਪੱਲੇ ਕੱਖ ਨਹੀਂ ਛੜਦੀ ਸਿੱਧੀ ਚਿੱਟੀ ਮੁੰਜ ਰਹੀ ਸਾਹਮਣੇ ਨਜ਼ਰ ਆਉਂਦੀ ਆ ਕਈ ਖੇਤਾਂ ਦੇ ਵਿੱਚ ਆਈ ਵੀ ਹੋਣੀ ਆਪਾਂ ਨੂੰ ਪਤਾ ਵੀ ਆ ਜਿੱਥੇ ਹਮਲਾ ਨਹੀਂ ਹੋਇਆ ਉੱਥੇ ਵੀ ਜੇ ਤੁਹਾਡੇ ਕੋਲੇ 10-12 ਬੱਲੀਆਂ ਜੇ ਤੁਹਾਨੂੰ ਦਿਖਦੀਆਂ ਤਾਂ ਕੋਈ ਚੱਕਰ ਨਹੀਂ ਪਰ ਜੇ 10 ਤੋਂ ਲੈ ਕੇ 20% ਹੀ ਬੱਲੀਆਂ ਨਿਕਲ ਜਾਂਦਾ ਬਹੁਤ ਨੁਕਸਾਨ ਆ ਤਾਂ ਇਹਨੂੰ ਸਮਾਂ ਰਹਿੰਦੇ ਆ ਜੇ ਆਪਾਂ ਇੱਕ ਸਪਰੇਅ ਕਰ ਦਈਏ ਤਾਂ ਆਪਣਾ ਕੁਝ ਘਸ ਜਾਈ ਜਾਊਗਾ ਐਮੀ ਸਟਾਰ ਤੇ ਵੀ ਭਰੋਸਾ ਤੇ ਇਨਡੋਕਸਾ ਕਾਰਬ ਤੇ ਵੀ ਸਾਨੂੰ ਭਰੋਸਾ ਦੋਨੇ ਐਸਸੀ ਨੇ ਦੋਨੇ ਸਿਸਟਮੈਟਿਕ ਨੇ ਇੱਕ ਜੇ ਦਵਾਈ ਕਰ ਦੋਗੇ ਜਦੋਂ ਬੱਲੀਆਂ ਬਣ ਗਈਆਂ ਤਾਂ ਇਹ ਸਹੀ ਟਾਈਮ ਆ ਹੁਣ ਤੁਹਾਡਾ ਹਰੇਕ ਝੋਨੇ ਦਾ ਹਰੇਕ ਬਾਸਮਤੀ ਦਾ ਹਰੇਕ ਕਿਸੇ ਦਾ ਜੇ ਕਰ ਦੋਗੇ ਜੇ ਲੇਟ ਹੋ ਗਏ ਤਾਂ ਵੀ ਕੋਈ ਚੱਕਰ ਨਹੀਂ ਪਰ ਜੇ ਸਮਾਂ ਰਹਿੰਦੇ ਤੁਸੀਂ ਦਵਾਈ ਕਰ ਦੋਗੇ ਇਹ ਤਾਂ ਬਹੁਤ ਵਧੀਆ ਰਿਜ਼ਲਟੇ ਨ ਦੇਖਣ ਨੂੰ ਮਿਲੂਗਾ ਇੱਕ ਐਨਪੀਕੇ ਦੀ ਸਪੈਸ਼ਲ ਵੀਡੀਓ ਬਣਾਈ ਸੀ ਮੈਂ ਇੱਕ ਹੋਰ 05234 ਅੱਜ ਮੈਂ ਕਰਵਾ ਦੂੰਗਾ ਅਠ ਕਿੱਲਾਂ ਤੇ ਜਦੋਂ ਕਰਵਾਤੀ ਉਹ ਤੋਂ ਬਾਅਦ ਉਹਦੀ ਵੀਡੀਓ ਹੈ ਜਿਹੜੀ ਉਹ ਤੁਹਾਨੂੰ ਸ਼ੇਅਰ ਕਰੂੰਗਾ ਤੁਹਾਡੇ ਨਾਲ ਵੀ 05234 ਦੇ ਵਿੱਚ ਮੈਂ ਕੀ ਪਾਇਆ ਕੀ ਨਹੀਂ ਪਾਇਆ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਕਮੈਂਟ ਕਰਿਆ ਕਰੋ ਤਾਂ ਜੋ ਸਾਨੂੰ ਵੀ ਹੱਲਾਸ਼ੇਰੀ ਮਿਲੇ ਤੁਹਾਡੇ ਕਮੈਂਟਾਂ ਤੋਂ ਨਾਲ ਹਨਾ ਵੀ ਅਸੀਂ ਹੋਰ ਵੀਡੀਓ ਜਿਹੜੀ ਬਣਾ ਸਕੀਏ ਇਹ ਜਿਹੜੀ 112 ਵੈਰਾਈਟੀ ਦੇ ਉੱਤੇ ਮੈਂ ਇਹ ਸਪਰੇਅ ਕਰਵਾ ਰਿਹਾ ਜਿਹੜੀ ਇੰਡੋ ਅਮਰੀਕਨ ਕੰਪਨੀ ਦੇ ਨਾਂ ਤੇ ਹੈ ਜਿਹੜੀ ਪਿਛਲੇ ਸਾਲ ਵਾਵਾ ਮਹਿੰਗੀ ਵੀ ਕੀਤੀ ਚੈਨਲ ਨੂੰ ਸਬਸਕ੍ਰਾਈਬ ਕਰ